ਦੋਸੋ ਅੱਜ ਇੱਕ ਖਾਸ ਗੱਲਬਾਤ ਕਰਨ ਦੇ ਲਈ ਸੀ ਪ੍ਰਸਿੱਧ ਵਕੀਲ ਬ੍ਰਿਜਮੋਨ ਹੁਣਾਂ ਦੇ ਕੋਲ ਪਹੁੰਚੇ ਆ ਮਾਮਲਾ ਕਿਰਾਏਦਾਰ ਤੇ ਮਾਲਕ ਮਕਾਨ ਦਾ ਆ ਲੈਂਡਲੋਰਡ ਤੇ ਟੈਨੈਂਟ ਕੀ ਇਹਨਾਂ ਦੇ ਆਪਣੇ ਆਪਣੇ ਫਰਜ਼ ਹੁੰਦੇ ਆ ਕੀ ਅਧਿਕਾਰ ਹੁੰਦੇ ਆ ਮਾਲਕ ਮਕਾਨ ਜਿਨੇ ਆਪਣੀ ਬੇਸਮੈਂਟ ਜਾਂ ਕਮਰਾ ਰੈਂਟ ਤੇ ਦਿੱਤਾ ਉਹ ਕਦੇ ਵੀ ਕੱਢ ਸਕਦਾ ਟੈਨੈਂਟ ਨੂੰ ਜਾਂ ਕਈ ਵਾਰੀ ਦਿੱਕਤ ਇਹ ਆਉਂਦੀ ਆ ਕਿ ਉਹ ਕੱਢਣਾ ਚਾਹੁੰਦਾ ਪਰ ਉਹ ਜਾਣ ਲਈ ਤਿਆਰ ਨਹੀਂ ਆ ਰੌਲਾ ਪੈ ਜਾਂਦਾ ਕਈ ਵਾਰੀ ਇਸ ਤਰ੍ਹਾਂ ਦੇ ਕਿੰਨੇ ਮਾਮਲੇ ਜਿਹੜੇ ਸਾਹਮਣੇ ਆਉਂਦੇ ਆ ਜਿਹਦੇ ਵਿੱਚ ਕੋਈ ਇੱਕ ਤੇਰਾ ਆਪਣੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਰਹੀ ਇਹਨਾਂ ਦੋਵਾਂ ਦੇ ਵਿੱਚ ਅਧਿਕਾਰ ਕੀ ਆ ਕੀ ਕੀਤਾ ਜਾ ਸਕਦਾ ਕੀ ਮਰਜ਼ੀ ਨਾਲ ਕਰਾਇਆ ਵਧਾਇਆ ਜਾ ਸਕਦਾ ਕੀ ਕਿਸੇ ਨੂੰ ਨਾ ਕੀਤੀ ਜਾ ਸਕਦੀ ਆ ਕਿ ਤੈਨੂੰ ਐਸ ਆਧਾਰ ਦੇ ਉੱਤੇ ਮੈਂ ਆਪਣੀ ਮਰਜ਼ੀ ਨਾਲ ਆਪਣਾ ਬੇਸਮੈਂਟ ਜਿਹੜੀ ਆਪਣੀ ਬੇਸਮੈਂਟ ਆ ਉਹ ਕਿਰਾਏ ਤੇ ਦੇਣੀ ਆ ਇਹਦੇ ਬਾਰੇ ਕਾਨੂੰਨ ਕੀ ਕਹਿੰਦਾ ਆ ਮਾਮਲਾ ਅਨਟੈਰੀਓ ਦਾ ਆ ਅਨਟੈਰੀਓ ਦੇ ਵਿੱਚ ਇੱਕ ਘਰ ਦੇ ਵਿੱਚ ਤਿੰਨ ਬੈੱਡਰੂਮ ਸੀ ਪਰ ਮਾਲਕ ਮਕਾਨ ਨੇ ਉਹਦੇ ਤਿੰਨ ਦੇ ਸੱਤ ਬੈੱਡਰੂਮ ਬੜਾ ਕੇ ਤੇ ਕਿੰਨੇ ਬੰਦਿਆਂ ਨੂੰ ਕਿਰਾਏ ਤੇ ਦਿੱਤਾ ਸੀ ਜਿਹੜਾ ਕਿ ਬਾਅਦ ਦੇ ਵਿੱਚ ਉਹਨਾਂ ਦਾ ਆਪਸ ਦੇ ਵਿੱਚ ਰੌਲਾ ਰੱਪਾ ਪਿਆ ਆ ਤੇ ਉਹ ਇੰਟਰਨੈਸ਼ਨਲ ਸਟੂਡੈਂਟ ਨੇ ਅੱਜ ਅਖਬਾਰਾਂ ਦੇ ਵਿੱਚੋਂ ਆਪਣੀ ਆਪਣਾ ਦੁੱਖ ਦੱਸਿਆ ਆ ਕਿ 525 ਡਾਲਰ ਦੇ ਵਿੱਚ ਇੱਕ ਬੈੱਡਰੂਮ ਦੀ ਗੱਲ ਹੋਈ ਸੀ ਪਰ ਉਹ ਤਿੰਨਾਂ ਦੇ ਸੱਤ ਬਣਾਏ ਆ ਤੇ ਜਿੱਥੇ ਕਾਕਰੋਚ ਵੀ ਆ ਤੇ ਜਿੱਥੇ ਚੂਹੇ ਵੀ ਆ ਅਸੀਂ ਬ੍ਰਿਜਮੋਨਜੀ ਦੇ ਕੋਲ ਗੱਲਬਾਤ ਕਰਨ ਦੇ ਲਈ ਆਏ ਆ ਬ੍ਰਿਜਮੋਨਜੀ ਕਰਾਏ ਤੇ ਦੇਣ ਦਾ ਅਧਿਕਾਰ ਕਿਸੇ ਵਿਅਕਤੀ ਦੇ ਕੋਲ ਹੈਗਾ ਉਹ ਕਿਸੇ ਨੂੰ ਵੀ ਰਿਜੈਕਟ ਕਰ ਸਕਦਾ ਜਾਂ ਕਿਸੇ ਨੂੰ ਵੀ ਰੱਖ ਸਕਦਾ ਇਟ 올 ਡਿਪੈਂਡਸ ਜੇ ਸਪੋਜ਼ ਕਰੋ ਤੁਸੀਂ ਇਹ ਕਹਿੰਦੇ ਹੋ ਕਿ ਵੀ ਮੈਂ ਕਿਸੇ ਵੀ ਪੰਜਾਬੀ ਨੂੰ ਜਾਂ ਮੈਂ ਕਿਸੇ ਵੀ ਮੁਸਲਮਾਨ ਨੂੰ ਜਾਂ ਕਿਸੇ ਵੀ ਅਸਾਈ ਨੂੰ ਮੈਂ ਕਰਾਇਤੇ ਨਹੀਂ ਦੇਣਾ ਤਾਂ ਤੁਸੀਂ ਇਸ ਤਰ੍ਹਾਂ ਬਿਲਕੁਲ ਨਹੀਂ ਕਰ ਸਕਦੇ ਜੇ ਤੁਹਾਨੂੰ ਯੂ نو ਜੇ ਤੁਸੀਂ ਚਾਹੋ ਜੇ ਕੋਈ ਬੰਦਾ ਆਪਣੇ ਘਰ ਚ ਕੋਈ ਪੈਟ ਰੱਖਣਾ ਚਾਹੁੰਦਾ ਕੁੱਤਾ ਰੱਖਣਾ ਚਾਹੁੰਦਾ ਬਿੱਲੀ ਰੱਖਣਾ ਚਾਹੁੰਦਾ ਜੇ ਕੋਈ ਇਹ ਜੀ ਗੱਲਬਾਤ ਹੈ ਤਾਂ ਤੁਸੀਂ ਡੈਫੀਨਿਟਲੀ ਜੇ ਤੁਸੀਂ ਨਹੀਂ ਪਸੰਦ ਕਰਦੇ ਪੈਟਸ ਨੂੰ ਤਾਂ ਤੁਸੀਂ ਜਵਾਬ ਦੇ ਸਕਦੇ ਹੋ ਸੋ ਇਟ ਆਲ ਡਿਪੈਂਡਸ ਕਿ ਵੀ ਤੁਸੀਂ ਯਾ ਯੂ ਨੋ ਆਪਣੀ ਪ੍ਰਾਪਰਟੀ ਨੂੰ ਕਿਸ ਤਰੀਕੇ ਨਾਲ ਕਿਹੜੇ ਬੰਦੇ ਨੂੰ ਰੈਂਟ ਤੇ ਦੇਣਾ ਚਾਹੁੰਦੇ ਹੋ ਮੋਸਟ ਆਫ ਦਾ ਟਾਈਮ ਲੈਂਡਲੋਰਡਸ ਹਮੇਸ਼ਾ ਰੈਫਰੈਂਸ ਚੈੱਕ ਕਰਦੇ ਆ ਰੈਫਰੈਂਸ ਚੈੱਕ ਕਰਨ ਦਾ ਮਤਲਬ ਇਹ ਹੁੰਦਾ ਵੀ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇਹ ਬੰਦੇ ਦਾ ਪਿਛੋਕੜ ਕਿਸ ਤਰ੍ਹਾਂ ਦਾ ਹੈ ਵੀ ਇਹ ਪਹਿਲੇ ਜਿਹੜੇ ਜਗ੍ਹਾ ਰਹਿ ਕੇ ਆਏ ਉਹਨਾਂ ਨੂੰ ਰੈਂਟ ਦਾ ਸੀਗਾ ਕਈ ਯੂ نو ਆ ਆ ਸੋ ਇਸ ਤਰ੍ਹਾਂ ਦਾ ਅਗਰ ਤੁਹਾਡਾ ਰੈਫਰੈਂਸ ਚੈੱਕ ਨਹੀਂ ਆ ਠੀਕ ਹੈਗਾ ਤਾਂ ਤੁਹਾਨੂੰ ਲੈਂਡਲੋਰਡ ਯੂ نو ਆਪਣੇ ਮਕਾਨ ਜਾਂ ਤੁਹਾਡਾ ਫਲੈਟ ਜਾਂ ਅਪਾਰਟਮੈਂਟ ਜੋ ਵੀ ਹੈ ਉਹਨੂੰ ਦੇਣ ਤੋਂ ਇਨਕਾਰ ਕਰ ਸਕਦਾ ਜੀ ਕੀ ਇਹ ਕਹਿ ਕੇ ਕਿਸੇ ਨੂੰ ਮਨਾ ਕੀਤਾ ਜਾ ਸਕਦਾ ਵੀ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਆ ਤੇ ਇਹਨੂੰ ਅਸੀਂ ਰੈਂਟ ਤੇ ਨਹੀਂ ਦੇਣਾ ਨਹੀਂ ਜੀ ਆ ਬਿਲਕੁਲ ਨਹੀਂ ਤੁਸੀਂ ਕਿਸੇ ਵੀ ਸਮੂਹ ਬਾਰੇ ਕਿਸੇ ਵੀ ਆ ਗਰੁੱਪ ਬਾਰੇ ਉਹਨਾਂ ਨੂੰ ਸਿਰਫ ਆ ਤਾਕ ਮਾਲਾ ਕਿ ਵੀ ਤੁਸੀਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਜਿਤ ਤੱਕ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲਬਾਤ ਹੈ ਜੀ ਮੈਂ ਤਾਂ ਮੈਨੂੰ ਇਸ ਗੱਲ ਦਾ ਬਹੁਤ ਮਾਣ ਆ ਕبھی ਪਿਛਲੇ 4 ਸਾਲਾਂ ਚ ਜਿੰਨਾ ਇਹਨਾਂ ਨੇ ਯੂ ਨੋ ਕੈਨੇਡਾ ਦੀ ਸੇਵਾ ਕੀਤੀ ਹੈ ਉੰਨੀ ਕਿਸੇ ਨੇ ਨਹੀਂ ਕੀਤੀ ਇਹਨਾਂ ਦੇ ਸਰਤੇ ਹੀ ਕੈਨੇਡਾ ਦੀ ਇਕਨੋਮੀ ਚੱਲਦੀ ਰਹੀ ਹੈ ਚਾਹੇ ਹੋਟਲਾਂ ਦਾ ਕੰਮ ਸੀ ਚਾਹੇ ਰੈਸਟੋਰੈਂਟਸ ਦਾ ਕੰਮ ਸੀਗਾ ਚਾਹੇ ਕੋਈ ਕੋਈ ਵੀ ਸੀਗਾ ਸੋ ਇਹਨਾਂ ਨੇ ਇੱਕ ਬਹੁਤ بڑا ਯੋਗਦਾਨ ਪਾਇਆ ਇਹਨਾਂ ਦੇ ਅਗੇਂਸਟ ਕਿਸੇ ਵੀ ਤਰ੍ਹਾਂ ਦਾ ਜਿਹੜਾ ਡਿਸਕ੍ਰਿਮੀਨੇਸ਼ਨ ਕਰਨੀ ਆ ਉਹ ਬਹੁਤ ਹੀ ਮਾੜੀ ਚੀਜ਼ ਆ ਜੀ ਤੇ ਜੇ ਕੋਈ ਬੰਦਾ ਇਹ ਗੱਲ ਸਿੱਧ ਕਰ ਦਵੇ ਵੀ ਇਹ ਬੰਦਾ ਮੈਨੂੰ ਇਸ ਕਰਕੇ ਕਿਰਾਏ ਤੇ ਨਹੀਂ ਦੇ ਰਿਹਾ ਬੇਸਮੈਂਟ ਕਿਉਂਕਿ ਮੈਂ ਇੰਟਰਨੈਸ਼ਨਲ ਸਟੂਡੈਂਟ ਆ ਉਹਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਡੈਫੀਨਿਟਲੀ ਹੋ ਸਕਦੀ ਹੈ ਜੀ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਿਸੇ ਸਪੈਸਿਫਿਕ ਗਰੁੱਪ ਕਿਸੇ ਸਪੈਸਿਫਿਕ ਕਮਿਊਨਿਟੀ ਯੂ نو ਤੁਸੀਂ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾਨੀ ਕਰ ਸਕਦੇ ਸੋ ਜੇ ਤੁਸੀਂ ਕਰਦੇ ਹੋ ਤਾਂ ਇਹ ਜਿਹੜਾ ਮਨੁੱਖੀ ਅਧਿਕਾਰਾਂ ਦਾ ਕਹਾਨ ਤੇ ਤੁਸੀਂ ਡੈਫੀਨਿਟਲੀ ਹਿਊਮਨ ਰਾਈਟਸ ਅਗੇਂਸਟ ਵੀ ਤੁਸੀਂ ਕੰਪਲੇਂਟ ਕਰ ਸਕਦੇ ਹੋ ਜੀ ਕਿਰਾਇਆ ਵਧਾਉਣਾ ਚਾਹੁੰਦਾ ਮਾਲਕ ਮਕਾਨ ਉਹ ਮਰਜ਼ੀ ਨਾਲ ਕਿਰਾਇਆ ਵਧ ਇਟ ਡਿਪੈਂਡਸ ਜੀ ਵੀ ਜਿਵੇਂ ਕੈਨੇਡਾ ਦੇ ਅਲੱਗ-ਅਲੱਗ ਸੂਬਿਆਂ 'ਚ ਆਪਣੇ ਪ੍ਰੋਵਿੰਸ਼ੀਅਲ ਰੈਗੂਲੇਸ਼ਨਸ ਹੈਗੇ ਆ ਰੈਜ਼ੀਡੈਂਸ਼ੀਅਲ ਟੈਨੈਂਸੀਜ਼ ਬਾਰੇ ਸੋ ਯੂ نو ਇਹ ਪ੍ਰੋਵਿੰਸ ਤੇ ਡਿਪੈਂਡ ਕਰਦਾ ਹੁਣ ਜਿਵੇਂ BC 'ਚ ਤੁਸੀਂ ਕਿਰਾਇਆ ਵਧਾ ਸਕਦੇ ਹੋ ਸਾਲ 'ਚ ਇੱਕ ਵਾਰ ਕਿੰਨਾ ਵਧਾ ਸਕਦੇ ਹੋ ਉਹ ਐਵਰੀ ਈਅਰ ਗਵਰਨਮੈਂਟ ਡਿਸਾਈਡ ਕਰਦੀ ਹੈ ਕਿੰਨੇ ਪਰਸੈਂਟ ਤੁਸੀਂ ਵਧਾ ਸਕਦੇ ਹੋ ਯੂ نو ਕਰਾ ਮਕਾਨ ਮਾਲਕਾਂ ਦੀਆਂ ਆਪਣੀਆਂ ਪ੍ਰੋਬਲਮਸਾਂ ਹੈ ਕਿਰਾਏਦਾਰਾਂ ਦੀਆਂ ਆਪਣੀਆਂ ਯੂ ਨੋ ਕਾਨੂੰਨ ਦਾ ਪੂਰਾ ਕੋਡ ਕਿਰੀਆਂ ਦਾ ਜੋਰ ਲੱਗਿਆ ਹੁੰਦਾ ਹੈ ਕਿ ਵੀ ਇਹਨਾਂ ਦੋਨਾਂ ਦੇ ਵਿੱਚ ਸੰਤੁਲਨ ਬਣਾਇਆ ਜਾ ਸਕੇ ਬੈਲੈਂਸ ਕੀਤਾ ਜਾਵੇ ਤਾਂ ਕਿ ਮਕਾਨ ਮਾਲਕ ਆਪਣੀ ਕਿਸ਼ਤ ਟਾਈਮ ਸਿਰ ਦੇ ਸਕਣ ਤਾਂ ਕਿਰਾਏਦਾਰ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਆਨੰਦਮਈ ਮਾਹੌਲ ਨਾਲ ਪੀਸਫੁਲ ਪੋゼਸ਼ਨ ਆਪਣਾ ਉਹਦੇ ਵਿੱਚ ਬਿਤਾ ਸਕਣ ਜੀ ਕਰਾਇਰ ਸਾਰਾ ਕੁਝ ਟਾਈਮ ਤੇ ਕਰੀ ਜਾਂਦਾ ਸਾਰਾ ਕੁਝ ਪ੍ਰੋਪਰ ਆ ਪਰ ਮਾਲਕ ਇਮਕਾਨ ਨੂੰ ਇਹ ਲੱਗਦਾ ਕਿ ਬਾਹਰ ਦੂਜਾ ਬੰਦਾ ਮੈਨੂੰ 1500 ਡਾਲਰ ਦੀ بجائے 2000 ਰੈਂਟ ਦੇਣ ਨੂੰ ਤਿਆਰ ਆ ਉਹ ਆਪਣੀ ਮਰਜ਼ੀ ਨਾਲ ਉਹਨੂੰ ਕੱਢ ਸਕਦਾ ਇਟ ਡਿਪੈਂਡਸ ਕਿ ਵੀ ਜੀ ਉਹਨਾਂ ਦੀ ਜਿਹੜੀ ਲੀਜ਼ ਐਗਰੀਮੈਂਟ ਆ ਉਹ ਮਨਥ ਟੂ ਮਨਥ ਆ ਜਾਂ ਯੂ نو ਉਹ ਫਿਕਸਡ ਪੀਰੀਅਡ ਆਫ ਟਾਈਮ ਆ ਜੇ ਸਾਲ ਲਈ ਜਾਂ 2 ਸਾਲ ਲਈ ਆ ਸੋ ਯੂ نو ਜੇ ਸਪੋਜ਼ ਕਰੋ ਤੁਹਾਡੀ ਲੀਜ਼ ਸਾਲ 2 ਸਾਲ ਲਈ ਆ ਤਾਂ ਉਹ ਉਹਦੇ ਲਈ ਤੁਹਾਨੂੰ ਮਕਾਨ ਮਾਲਕ ਨੂੰ ਕੱਢਣਾ ਬਹੁਤ ਔਖਾ ਹੋ ਜੂਗਾ ਪਰ ਜੇ ਮੰਤੂ ਮੰਤ ਹੈ ਤਾਂ ਯੂ نو ਮਕਾਨ ਮਾਲਕ ਲਈ ਸੌਖਾ ਹੁੰਦਾ ਸੋ ਇਟ ਡਿਪੈਂਡ ਕਰਦਾ ਵੀ ਮਕਾਨ ਮਾਲਕ ਦਾ ਮਕਸਦ ਕੀ ਹੈ ਕੀ ਤੁਸੀਂ ਟਾਈਮਸ ਰੈਂਟ ਨਹੀਂ ਦਿੰਦੇ ਜੇ ਤੁਸੀਂ ਟਾਈਮਸ ਰੈਂਟ ਨਹੀਂ ਦਿੰਦੇ ਤਾਂ ਡੈਫੀਨਟਲੀ ਤੁਹਾਨੂੰ ਵੈਕਟ ਕੀਤਾ ਜਾ ਸਕਦਾ ਜਾਂ ਤੁਸੀਂ ਕੋਈ ਪ੍ਰਾਪਰਟੀ ਦੀ ਤੋੜਪੰਨ ਕਰਦੇ ਹੋ ਜਾਂ ਕੋਈ ਗੈਰਕਾਨੂੰਨੀ ਗੈਰਕਾਨੂੰਨੀ ਧੰਦਾ ਕਰਦੇ ਹੋ ਯੂ نو ਤੁਸੀਂ ਪ੍ਰੋਸਟੀਚੂਸ਼ਨ ਦਾ ਕੰਮ ਸ਼ੁਰੂ ਕਰ ਦਿੰਦੇ ਹੋ ਡਰੱਗਸ ਬਿਚਨੀ ਸ਼ੁਰੂ ਕਰ ਦਿੰਦੇ ਹੋ ਤੁਹਾਡੇ ਘਰੇ ਲੋਕੀ ਯੂ نو ਕੰਟੇ ਕੰਟੇ ਬਾਅਦ ਹੌਲ ਮਾਰ ਕੇ ਆ ਰਹੇ ਆ ਸੋ ਯੂ ਨੋ ਜੇ ਇਹ ਜਿਹੇ ਗੱਲਾਂ ਬਾਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਦੇ ਹੋ ਕਾਨੂੰਨ ਦੀ ਤਾਂ ਜਿਹੜਾ ਲੈਂਡਲੋਰਡ ਆ ਤੁਹਾਨੂੰ ਕੋਰਟ ਕਿਦਾਰੀ ਚ ਲੜਾ ਜਾ ਕੇ ਤੁਹਾਨੂੰ ਐਵਿਕਸ਼ਨ ਨੋਟਿਸ ਲੈ ਸਕਦਾ ਤੇ ਜੇ ਉਸ ਤੋਂ ਬਾਅਦ ਵੀ ਤੁਸੀਂ ਜੇ ਨਹੀਂ ਨਿਕਲਦੇ ਤਾਂ ਤੁਹਾਨੂੰ ਟ੍ਰੈਸ ਪਾਸਰ ਹੋਣ ਦੇ ਨਾਤੇ ਯੂ ਨੋ ਤੁਹਾਨੂੰ ਐਵਿਕਟ ਕੀਤਾ ਜਾ ਸਕਦਾ ਇੱਕ ਬੰਦੇ ਨੇ ਇੱਕ ਆਪਣਾ ਰੂਮ ਜਿਹੜਾ ਦੋ ਬੰਦਿਆਂ ਨੂੰ ਬੈੱਡਰੂਮ ਰੈਂਟ ਦੇ ਉੱਤੇ ਦਿੱਤਾ ਉਹਦੇ ਵਿੱਚ ਆ ਕੇ 10 ਜਣੇ ਰਹਿ ਰਹੇ ਆ ਜਾਂ 6 ਜਣੇ ਰਹਿ ਰਹੇ ਆ ਇਹਦੇ ਲਈ ਮਕਾਨ ਮਾਲਕ ਕੁਝ ਕਰ ਸਕਦਾ ਬਿਲਕੁਲ ਕਰ ਸਕਦਾ ਜੀ ਯੂ نو ਜਦ ਆਪਾਂ ਕੋਈ ਵੀ ਚਾਹ ਰੈਂਟਲ ਦੀ ਗੱਲਬਾਤ ਹੋਵੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਕਰਾਰਨਾਮਾ ਚਾਹੇ ਉਹ ਲਿਖ ਕੇ ਹੋਵੇ ਚਾਹੇ ਮੂੰਹ ਜਵਾਨੀ ਹੋਵੇ ਯੂ نو ਜੇ ਲੈਂਡਲਾਰਡ ਨੇ ਦੋ ਬੰਦਿਆਂ ਨੂੰ ਦਿੱਤਾ ਸੀਗਾ ਤਾਂ ਉੱਥੇ 10 ਬੰਦੇ ਆਵੜੇ ਆ ਤਾਂ ਇਹਦਾ ਮਤਲਬ ਹੈ ਵੀ ਉਹ ਇਕਰਾਰਨਾਮੇ ਦੀ ਉਲੰਘਣਾ ਤਾਂ ਉਹ ਡੈਫੀਨਿਟਲੀ ਯੂ نو ਉਹਨਾਂ ਦੇ ਅਗੇਂਸਟ ਐਕਸ਼ਨ ਲੈ ਸਕਦਾ ਉਹਨਾਂ ਨੂੰ ਅਵਿਕਟ ਕਰ ਸਕਦਾ ਜੀ ਇਹ ਦੇਖਣ ਲਈ ਵੀ ਅੰਦਰ ਦੋ ਰਹਿ ਰਹੇ ਆ ਜਾਂ ਪੰਜ ਜਣੇ ਰਹਿ ਰਹੇ ਆ ਉਹ ਅੰਦਰ ਜਾ ਕੇ ਚੈੱਕ ਕਰ ਸਕਦਾ ਮਾਲਕ ਕੋਲ ਆ ਮਕਾਨ ਮਾਲਕ ਆ ਕਿਰਾਏਦਾਰ ਦੇ ਯੂ ਨੋ ਆ ਤਾਂ ਚਾਹੇ ਉਹ ਬੀਸਮੈਂਟ ਹੈ ਚਾਹੇ ਉਹ ਅਪਾਰਟਮੈਂਟ ਹੈ ਉਹਦੇ ਵਿੱਚ ਐਂਟਰ ਕਰਨ ਲਈ ਉਹਦੇ ਕੋਲ ਰੀਜ਼ਨ ਹੋਣਾ ਚਾਹੀਦਾ ਫੋਰ ਐਗਜ਼ਾਮਪਲ ਕਈ ਲੀਜ਼ਸ ਵਿੱਚ ਲਿਖਿਆ ਹੁੰਦਾ ਕਿ ਵੀ ਮਕਾਨ ਮਾਲਕ ਮਹੀਨੇ 'ਚ ਇੱਕ ਵਾਰ ਆਪਣੀ ਪ੍ਰਾਪਰਟੀ ਨੂੰ ਚੈੱਕ ਕਰਨ ਲਈ ਕਿ ਵੀ ਉਹ ਠੀਕ ਹਾਲਤ ਹੈਗੀ ਕਿ ਨਹੀਂ ਹੈਗੀ ਉਹ ਟੈਨੈਂਟ ਨੂੰ 24 ਘੰਟੇ ਦਾ ਨੋਟਿਸ ਦੇ ਕੇ ਐਂਟਰ ਕਰ ਸਕਦਾ ਜਾਂ ਯੂ نو ਬਗੈਰ ਨੋਟਿਸ ਤੋਂ ਵੀ ਐਂਟਰ ਕਰ ਸਕਦਾ ਸੁਪੋਜ਼ ਕਰੋ ਵੀ ਕੋਈ ਐਮਰਜੈਂਸੀ ਹੋ ਗਈ ਕੋਈ ਪਾਈਪ ਫਟ ਗਈ ਹੈ ਜਾਂ ਕੋਈ ਫਲਡਿੰਗ ਹੋ ਗਈ ਹੈ ਯੂ نو ਪਰ ਯੂ نو ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ ਲੈਂਡਲੋਰ ਆਪਣੀ ਪ੍ਰਾਪਰਟੀ ਦੀ ਲੁੱਕ ਆਫਟਰ ਕਰਨ ਲਈ ਪ੍ਰਾਪਰਟੀ ਚ ਐਂਟਰ ਕਰ ਸਕਦਾ ਪ੍ਰੋਵਾਈਡਡ ਵੀ ਅ ਰੀਜ਼ਨੇਬਲ ਨੋਟਿਸ ਅਵੇ ਜੇ ਤਸਵੀਰ ਦਾ ਦੂਜਾ ਪਾਸਾ ਦੇਖੀਏ ਇੱਕ ਬੈਡਰੂਮ ਦੋ ਜਣੇ ਵਾਲੇ ਠੀਕ ਆ ਪਰ ਜਿਹੜਾ ਲੈਂਡਲੋਰ ਆ ਉਹ ਪੰਜ ਜਣਿਆਂ ਨੂੰ ਉਹ ਰੈਂਟ ਤੇ ਦੇ ਦਿੰਦਾ ਉਹਨਾਂ ਤੋਂ ਕੱਲੇ-ਕੱਲੇ ਕੋਲ ਰੈਂਟ ਲਈ ਜਾਂਦਾ ਕੀ ਇਹ ਲੀਗਲ ਯੂ نو ਜਦ ਆਪਾਂ ਗੱਲ ਲੈਗੈਲਿਟੀ ਦੀ ਕਰੀਦੀ ਆ ਆਪਾਂ ਸਿਰਫ ਇਹ ਨਹੀਂ ਕਿ ਸੋਚਣਾ ਕਿ ਵੀ ਉਹ ਕੀ ਉਲੰਘਣਾ ਕਰ ਰਿਹਾ ਹੈ ਉਹ ਕਈ ਚੀਜ਼ਾਂ ਦੀ ਉਲੰਘਣਾ ਕਰ ਸਕਦਾ ਠੀਕ ਹੈ ਜੀ ਉਹ ਬਿਲਡਿੰਗ ਕੋਡ ਦੀ ਲੰਘਣਾ ਕਰ ਸਕਦਾ ਉਹ ਜਿਹੜਾ ਫਾਇਰ ਐਂਡ ਸੇਫਟੀ ਆ ਉਹਦੀ ਲੰਘਣਾ ਕਰ ਸਕਦਾ ਉਹ ਹੈਲਥਲੀ ਕਰ ਸਕਦਾ ਆ ਯੂ نو ਫੋਰ ਐਗਜ਼ਾਮਪਲ ਜਦ ਤੁਸੀਂ ਜਿੰਨੇ ਇੱਕ ਬੰਦੇ ਘਰ ਚ ਰਹਿਣੇ ਚਾਹੀਦੇ ਜੋ ਉਸ ਤੋਂ ਵੱਧ ਤਦਾਦ ਚ ਰਹਿੰਦੇ ਆ ਤੇ ਘਰ ਨੂੰ ਕੋਈ ਕੱਲ ਨੂੰ ਗੱਲਬਾਤ ਰੱਬ ਨਾ ਕਰੇ ਘਰ ਨੂੰ ਅੱਗ ਲੱਗ ਜਵੇ ਤਾਂ ਜਿਹੜੀ ਤੁਹਾਡੀ ਘਰ ਦੀ ਇੰਸ਼ੋਰੈਂਸ ਆ ਉਹ ਵੀ ਤੁਹਾਨੂੰ ਕਵਰ ਨਹੀਂ ਕਰਦੀ ਸੋ ਯੂ نو ਆ ਆ ਅੱਜ ਮੈਂ ਤੁਸੀ ਇੱਕ ਐਗਜ਼ਾਮਪਲ ਦਿਤਤੀ ਆ ਕਿ ਵੀ ਇੱਕ ਘਰ ਚ ਜਿੰਨੇ ਬੰਦੇ ਰਹਿਣੇ ਚਾਹੀਦੇ ਉਤੋਂ ਕਿਤੇ ਜ਼ਿਆਦਾ ਰਹਿ ਰਹੇ ਆ ਕਾਕਰੋਚਸ ਆ ਉਥੇ ਚੂਹੇ ਤੁਰੇ ਫਿਰ ਰਹੇ ਆ ਸੋ ਇਹ ਜੇ ਕੇਸਿਸ ਵਿੱਚ ਇਹ ਇੱਕ ਬਹੁਤ ਹੀ ਯੂ ਨੋ ਹੈਲਥ ਦਾ ਬਹੁਤ بڑا ਇਸ਼ੂ ਬਣਦਾ ਆ ਫਾਇਰ ਦਾ ਬਹੁਤ بڑا ਇਸ਼ੂ ਬਣਦਾ ਆ ਤੇ ਇਸ ਕੇਸ ਵਿੱਚ ਜੇ ਲੈਂਡਲੋਰਡ ਦੀ ਕੰਪਲੇਨਟ ਕੀਤੀ ਜਾਵੇ ਤੇ ਜੇ ਲੈਂਡਲੋਰਡ ਇਨ ਵਾਇਲੇਸ਼ਨ ਆਫ ਓਨਰ ਕੋਡਸ ਦਾ ਹੋਵੇ ਤਾਂ ਅਪ ਟੂ 50000 ਡਾਲਰ ਮੈਂ ਦੇਖਿਆ ਜੀ ਲੱਖ ਲੱਖ ਡਾਲਰ ਲੋਕਾਂ ਨੂੰ ਜੁਰਮਾਨਾ ਹੁੰਦੇ ਦੇਖਿਆ ਜੇ ਜਿਹੜਾ ਟੈਨੈਂਟ ਆ ਉਹ ਅੜ ਜਵੇ ਵੀ ਮੈਂ ਬਾਹਰ ਨਹੀਂ ਜਾਣਾ ਇੱਥੋਂ ਤੁਸੀਂ ਕਾਰਵਾਈ ਕਰੋ ਤੇ ਫਿਰ ਉਹ ਲੈਂਡਲੋਰ ਜਿਹੜਾ ਮਾਲਕ ਮਕਾਨ ਆ ਉਹਨੂੰ ਵਕੀਲ ਕਰਨਾ ਪਊਗਾ ਤੇ ਫਿਰ ਉਹ ਸਾਰਾ ਕੁਝ ਕਹਿੰਦੇ ਬੜਾ ਲੰਬਾ ਪ੍ਰੋਸੈਸ ਹੁੰਦਾ ਹਾਂਜੀ ਲੰਬਾ ਹੋ ਸਕਦਾ ਜੇ ਜੇ ਲੈਂਡਲਾਰ ਨੂੰ ਨਹੀਂ ਪਤਾ ਕੀ ਕਰਨਾ ਆਮ ਤੌਰ ਤੇ ਹਰ ਇੱਕ ਸੂਬੇ ਵਿੱਚ ਕੈਨੇਡਾ ਵਿੱਚ ਆਪਣੀ ਰੈ residencial ਟੈਂਨੈਂਸੀ ਬੋਰਡਸ ਹੈਗੀਆਂ ਉਹ ਆਮ ਤੌਰ ਤੇ ਉਹਨਾਂ ਦੋਨਾਂ ਦਾ ਆਪਸ ਚ ਮੀਡੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਯੂ ਨੋ ਕੋਰਟ ਕਚਹਿਰੀ ਚ ਨਾ ਜਾਣਾ ਪਵੇ ਪਰ ਜੇ ਤੁਸੀਂ ਯੂ ਨੋ ਕੋਰਟ ਕਚਹਿਰੀ ਜਾਨੇ ਹੋ ਜੇ ਤੁਸੀਂ ਪ੍ਰੋਪਰ ਨੋਟਿਸ ਵਗੈਰਾ ਦਿੱਤੇ ਹੋਏ ਆ ਤਾਂ ਤੁਸੀਂ ਡੈਫੀਨਟਲੀ ਟੈਨੈਂਟ ਨੂੰ ਅਵਿਕਟ ਕਰ ਸਕਦੇ ਹੋ ਪਰ ਇਹ ਨਹੀਂ ਕਿ ਵੀ ਤੁਸੀਂ ਇੰਡੀਆ ਵਾਲਾ ਕੰਮ ਕੀਤਾ ਵੀ ਅੱਜ ਮੈਂ ਸ਼ਾਮ ਨੂੰ ਕਬਜ਼ਾ ਲੈਣਾ ਤੇ ਚੱਕ ਕੇ ਉਹਦਾ ਸਮਾਨ ਭਗਾ ਕੇ ਮਾਰਾਂ ਇਫ ਯੂ ਡੂ ਥੈਟ ਤਾਂ ਤੁਹਾਨੂੰ ਕਾਫੀ ਮਹਿੰਗਾ ਪੈਸਾ ਦਾ ਪਰ ਯੂ ਨੋ ਆਪਣੇ ਕੈਨੇਡਾ ਵਿੱਚ ਹਰ ਇੱਕ ਚੀਜ਼ ਦਾ ਕਾਇਦਾ ਕਾਨੂੰਨ ਸੋ ਜੇ ਤੁਸੀਂ ਆਪਣੇ ਟੈਨੈਂਟ ਨੂੰ ਏਵਿਕਟ ਕਰਨਾ ਚਾਹੁੰਦੇ ਹੋ ਤਾਂ ਯੂ ਨੀਡ ਟੂ ਹੈਵ ਅ ਗੁੱਡ ਰੀਜ਼ਨ ਅਗੇਨ ਡਿਪੈਂਡਸ ਕਿ ਵੀ ਤੁਹਾਡੀ ਮੰਥ ਟੂ ਮੰਥ ਲੀਜ਼ ਆ ਜਾਂ ਲੌਂਗ ਟਰਮ ਲੀਜ਼ ਆ ਪ੍ਰੋਪਰ ਲੀਜ਼ ਲਿਖੀ ਆ ਕਿ ਨਹੀਂ ਲਿਖੀ ਸੇਮ ਥਿੰਗ ਯੂ نو ਜੇ ਟੈਨੈਂਟ ਨੂੰ ਲੈਂਡਲੋਰਡ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਟੈਨੈਂਟ ਦੇ ਆਪਣੇ ਹੱਕ ਹੈ ਯੂ نو ਫਾਰ ਐਗਜ਼ਾਮਪਲ ਜੇ ਟੈਨੈਂਟ ਨੂੰ ਕਿਸੇ ਤਰੀਕੇ ਨਾਲ ਆ ਆ ਦਿਮਾਗੀ ਪਰੇਸ਼ਾਨੀ ਚੋਂ ਗੁਜ਼ਰਨਾ ਪੈ ਰਿਹਾ ਜਿਵੇਂ ਤੁਸੀਂ ਦੱਸਿਆ ਕਿ ਵੀ ਜਿਹੜੇ ਕਮਰੇ 'ਚੋਂ ਸੌਂਦੇ ਆ ਉੱਥੇ ਕਾਕਰੋਚ ਤਰੇ ਫਿਰਦੇ ਆ ਉੱਥੇ ਚੂਹੇ ਤਰੇ ਫਿਰਦੇ ਆ ਤੇ ਜੇ ਇਸ ਤਰੀਕੇ ਨਾਲ ਟੈਨੈਂਟ ਨੂੰ ਵਾਕਈ ਹੀ ਯੂ ਨੋ ਮਨੋਵਿਗਿਆਨਿਕ ਤੌਰ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇ ਉਹ ਡਾਕਟਰ ਕੋਲ ਜਾਂਦਾ ਇਲਾਜ ਵਗੈਰਾ ਕਰਵਾਉਂਦਾ ਤਾਂ ਉਹ ਆਪਣਾ ਜਿਹੜਾ ਹੈਗਾ ਪੇਨੈਂਟ ਸਫਰਿੰਗ ਦਾ ਕਲੇਮ ਵੀ ਪਾਸ ਆ ਦਾ ਲੈਟਰ ਆਨ ਕੋ ਵੀ ਰਾਉਨ ਹੋਰ ਪਰੇਸ਼ਾਨੀਆਂ ਹੋਈਆਂ ਤੇ ਇਸ ਮਾਮਲੇ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਕੀਤਾ ਜਾਂਦਾ ਬਹੁਤ ਵਾਰੀ ਕਈ ਲੋਕ ਕਰਦੇ ਆ ਕਈ ਲੋਕ ਨਹੀਂ ਕਰਦੇ ਉਹਦਾ ਕੋਈ ਫਾਇਦਾ ਹੁੰਦਾ ਕਈ ਕਹਿੰਦੇ ਕਾਗਜ਼ੀ ਆ ਜੀ ਸਾਈਨ ਕਰ ਲਓ ਜਦੋਂ ਕੋਰਟ ਚ ਜਾਣਾ ਫਿਰ ਰੌਲਾ ਤਾਂ ਬਰਾਬਰ ਦਾ ਹੀ ਪੈਂਦਾ ਹਾਂ ਜੀ ਉਹ ਪੁਰਾਣੇ ਜਵਾਨੇ ਅਜ ਤਾਂ ਜੀ ਆਪਣਾ ਜਿਹੜਾ ਮੁਰਸ਼ਦਾ ਬਾਲ ਸੀ ਉਹ ਰੱਖ ਕੇ ਲੋਕੀ ਕਹਿੰਦੇ ਸੀ ਵੀ ਆ ਮੇਰਾ ਮੁਰਸ਼ਦਾ ਬਾਲ ਆ ਤੇ ਇੰਨੇ ਮੈਨੂੰ ਪੈਸੇ ਉਧਾਰ ਦੇ ਦਿਓ ਤੇ ਜਿੱਦਨ ਮੇਰੇ ਕੋ ਹੋਏ ਮੈਂ ਆਪਣਾ ਤੁਹਾਨੂੰ ਆ ਕੇ ਕਰਜ ਵਾਪਸ ਕਰ ਦੂੰਗਾ ਪਰ ਹੁਣ ਅੱਜਕੱਲ ਦੇ ਜਵਾਨਿਆਂ ਚ ਯੂ نو ਜੇ ਤੁਹਾਡੇ ਕੋਲ ਲਿਖਤੀ ਕਾਰਵਾਈ ਨਹੀਂ ਵੀ ਹੈਗੀ ਆ ਐਸ ਲੌਂਗ ਐਸ ਜਿਹੜਾ ਤੁਹਾਡਾ ਓਰਲ ਐਗਰੀਮੈਂਟ ਆ ਉਹ ਵੀ ਕੋਰਟ ਵਿੱਚ ਇਨਫੋਰਸ ਕੀਤਾ ਜਾ ਸਕਦਾ ਪ੍ਰੋਵਾਈਡਡ ਕਿ ਵੀ ਤੁਹਾਡੇ ਕੋਲ ਪ੍ਰੋਪਰ ਨੋਟ ਟੇਕਿੰਗ ਹੋਵੇ ਪ੍ਰੋਪਰ ਤੁਹਾਡੇ ਕੋਲ ਹੋਸ ਜੇ ਹੋ ਸਕਦਾ ਜੇ ਗਵਾਹ ਹੋਵੇ ਤਾਂ ਸੋਨੇ ਤੇ ਸੋਹ ਅੱਗੇ ਵਾਲੀ ਗੱਲ ਹੈ ਸੋ ਪਰ ਜੇ ਤੁਸੀਂ ਸਾਰਾ ਕੁਝ ਪ੍ਰੋਪਰ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਕਿ ਤੁਹਾਨੂੰ ਲੇਟਰ ਔਨ ਕੋਰਟ ਚੈਰੀਆਂ ਚ ਖੱਜਲ ਖਰਾਬ ਨਾ ਹੋਣਾ ਪਵੇ ਤਾਂ ਵਧੀਆ ਤਰੀਕਾ ਤਾਂ ਇਹ ਹੀ ਹੈ ਵੀ ਆਪਣਾ ਜਿਹੜੇ ਵੀ ਤੁਸੀਂ ਸੂਬੇ ਚ ਰਹਿੰਦੇ ਹੋ ਜਿਹੜੇ ਵੀ ਸ਼ਹਿਰ ਚ ਤੁਸੀਂ ਰਹਿੰਦੇ ਹੋ ਉੱਥੇ ਜਿਹੜਾ ਵੀ ਤੁਹਾਨੂੰ ਵਕੀਲ ਜਾਣਦਾ ਉਹਨਾਂ ਨਾਲ ਜਾ ਕੇ ਤੁਸੀਂ ਆਪਣੀ ਗੱਲਬਾਤ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਸਹੀ ਰਾਹ ਤੇ ਪਾਇਆ ਜਾ ਸਕੇ ਤਾਂ ਕਿ ਲੇਟਰ ਆਨ ਡਾਊਨ ਦਾ ਰੋਡ ਤੁਹਾਨੂੰ ਲੀਗਲ ਕੰਪਲਿਕੀਸ਼ਨਸ ਤੋਂ ਤੁਹਾਡਾ ਬਚਾਅ ਹੋ ਸਕੇ ਆਖਰੀ ਸਵਾਲ ਇੱਕ ਬੇਸਮੈਂਟ ਲੀਗਲ ਆ ਇੱਕ ਬੇਸਮੈਂਟ ਇਲੀਗਲ ਆ ਕੀ ਜਿਹੜੇ ਇਹ ਕਿਰਾਏਦਾਰ ਤੇ ਮਾਰਕਮਕਾਨ ਵਾਲਾ ਕਾਨੂੰਨ ਆ ਦੋਵਾਂ ਤੇ ਬਰਾਬਰ ਲਾਗੂ ਹੋਊਗਾ ਜਾਂ ਜਿਹੜੀ ਇਲੀਗਲ ਬੇਸਮੈਂਟ ਆ ਉਹਦੇ ਤੇ ਕਾਨੂੰਨ ਹੀ ਨਹੀਂ ਲਾਗੂ ਹੁੰਦਾ ਯੂ نو ਬੇਸਮੈਂਟ ਚਾਹੇ ਲੀਗਲ ਆ ਚਾਹੇ ਇਲੀਗਲ ਆ ਜਿਹੜਾ ਟੈਨੈਂਸੀਜ਼ ਦੇ ਲਾਜ਼ ਆ ਉਹ ਦੋਨਾਂ ਤੇ ਲਾਗੂ ਹੁੰਦੇ ਆ ਜਿਹੜੇ ਲੈਂਡਲੋਰਡ ਆਰ ਟੈਨੈਂਟ ਵਿੱਚ ਸੰਤੁਲਨ ਬਣਾਉਣ ਲਈ ਜਿਹੜੇ ਕਾਨੂੰਨ ਆ ਉਹ ਇਸ ਕਰਕੇ ਆ ਤਾਂ ਕਿ ਦੋਨਾਂ ਵਿੱਚ ਕਿਉਂਕਿ ਦੋਨਾਂ ਦੇ ਆਪਣੇ ਇੰਟਰਸਟ ਵੱਖਰੇ ਵੱਖਰੇ ਆ ਲੈਂਡਲੋਰਡ ਚਾਹੁੰਦਾ ਵੀ ਮੈਨੂੰ ਮੇਰਾ ਕਿਰਾਇਆ ਟਾਈਮ ਸਰ ਮਿਲੇ ਤਾਂ ਕਿ ਮੈਂ ਆਪਣੀ ਕਿਸ਼ਤ ਪੂਰੀ ਟਾਈਮ ਸਰ ਪੇ ਕਰ ਸਕਾਂ ਟੈਨੈਂਟ ਚਾਹੁੰਦਾ ਕਿ ਵੀ ਮੈਨੂੰ ਯੂ ਨੋ ਸ਼ਾਂਤ ਮਈ ਮਾਹੌਲ ਮਿਲੇ ਤਾਂ ਕਿ ਮੈਂ ਆਪਣੀ ਜ਼ਿੰਦਗੀ ਸਕੂਨ ਨਾਲ ਬਤੀਤ ਕਰ ਸਕਾਂ ਜਦ ਇਹਨਾਂ ਦੋਨਾਂ ਵਿੱਚ ਟਕਰਾਰ ਹੁੰਦਾ ਉਸ ਵੇਲੇ ਕੋਰਟ ਕਚੈਰੀਆਂ ਨੂੰ ਇੰਟਰਫੇਅਰ ਕਰਨਾ ਪੈਂਦਾ ਤੇ ਉਸ ਵੇਲੇ ਯੂ نو ਸਾਰਨਾਲੋ ਵੱਡੀ ਗੱਲ ਇਹ ਹੈ ਕਿ ਵੀ ਕੈਨੇਡਾ ਵਿੱਚ ਯੂ نو ਚਾਹੇ ਕੋਈ ਮੰਗਤਾ ਚਾਹੇ ਕੋਈ ਮੰਤਰੀ ਹੈ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਸੋ ਲੈਂਡਲਾਰਡ ਟੈਨੈਂਟ ਨੂੰ ਖਰਾਬ ਨਹੀਂ ਕਰ ਸਕਦਾ ਟੈਨੈਂਟ ਲੈਂਡਲਾਰਡ ਨੂੰ ਨਹੀਂ ਖਰਾਬ ਕਰ ਸਕਦਾ ਪਰ ਸਾਰਿਆਂ ਨਾਲੋਂ ਸਿਆਣੀ ਗੱਲ ਇਹ ਹੈ ਵੀ ਕਿਸੇ ਵੀ ਤਰ੍ਹਾਂ ਦਾ ਰਿਲੇਸ਼ਨਸ਼ਿਪ ਐਂਟਰ ਕਰਨ ਚ ਤੋਂ ਪਹਿਲਾਂ ਤੁਸੀਂ ਕੋਈ ਵੀ ਬੇਸਮੈਂਟ ਲੈਂਡ ਤੋਂ ਪਹਿਲਾਂ ਜਾਂ ਘਰ ਲੈਣ ਤੋਂ ਪਹਿਲਾਂ ਅਪਾਰਟਮੈਂਟ ਲੈਣ ਤੋਂ ਪਹਿਲਾਂ ਜਿਹੜਾ ਵੀ ਤੁਹਾਨੂੰ ਲੋਅਰ ਜਾਣਦਾ ਉਹਦੇ ਨਾਲ ਤੁਸੀਂ ਜ਼ਰੂਰ 5-7 10 ਮਿੰਟ ਮਿਲ ਕੇ ਉਹਨਾਂ ਨਾਲ ਆਪਣੀ ਸਲਾਹ ਜ਼ਰੂਰ ਕਰ ਲਓ ਤਾਂ ਕਿ ਲੇਟਰਾਂ ਤੋਂ ਤੁਹਾਨੂੰ ਇਹਨਾਂ ਕਾਨੂੰਨੀ ਮੁਸ਼ਕਲਾਂ 'ਚ ਨਾ ਪੈਣਾ ਪਵੇ ਬਹੁਤ ਬਹੁਤ ਸ਼ੁਕਰ ਹੈ ਜੀ ਮਿਹਰਬਾਨੀ ਥੈਂਕ ਯੂ ਜੀ 200 ਬ੍ਰਿਜ ਗੁੰਜੀ ਜੀ ਹੁਣਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਇਸ ਵਿਸ਼ੇ ਦੇ ਉੱਤੇ ਉਦੇ ਵੀ ਟਾਈਮ ਨਹੀਂ ਹੁੰਦਾ ਕਿਸੇ ਦੇ ਕੋਲ ਵੀ ਜਾ ਕੇ ਆ ਗੱਲਾਂ ਕਿਸੇ ਵਕੀਲ ਉਹ ਵੀ ਪ੍ਰਸਿੱਧ ਵਕੀਲ ਨਾਲ ਕੀਤੀਆਂ ਜਾ ਸਕਣ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਮੁੱਦਿਆਂ ਦੇ ਉੱਤੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜਿਹੜੀ ਜਿਹੜੀ ਕਿ ਆਥੈਂਟਿਕ ਹੁੰਦੀ ਹੈ ਔਰ ਸਾਡੇ ਕੋਲੇ ਕਈ ਵਾਰੀ ਸੁਣੀਆਂ ਸੁਣਾਈਆਂ ਗੱਲਾਂ ਜ਼ਿਆਦਾ ਹੁੰਦੀਆਂ ਅੰਟੇਰੀਓ ਦੇ ਇੱਕ ਸ਼ਹਿਰ ਦੇ ਵਿੱਚ ਰੌਲਾ ਪਿਆ ਇੱਕ ਇੰਟਰਨੈਸ਼ਨਲ ਸਟੂਡੈਂਟ ਦਾ ਅਖਬਾਰਾਂ ਦੀ ਅੱਜ ਸੁਰਖੀ ਬਣੀ ਹੈ ਇਸ ਮਾਮਲੇ ਦੇ ਵਿੱਚ ਅਸੀਂ ਗੱਲਬਾਤ ਕਰਨ ਦੇ ਲਈ ਇਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਕਿ ਤੁਹਾਨੂੰ ਇਸ ਮਾਮਲੇ ਦੇ ਵਿੱਚ ਕਿਰਾਏਦਾਰ ਤੇ ਜਿਹੜਾ ਮਕਾਨ ਮਾਲਕ ਆ ਉਹਦੇ ਆਪਸ ਤੇ ਕੀ ਕੀ ਹੱਕ ਨੇ ਉਦੇਸ ਨੂੰ ਦੀ ਜਾਣਕਾਰੀ ਦੇ ਸਕੀਏ ਕੈਮਰਾਮਨ ਅਮਿਤ ਮਹੇਸ਼ਰ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ